ਆਤਿਸ਼ੀ ਇੱਕ ਅੱਛੇ ਨੇਤਾ ਨੇ, ਬਹਾਦਰ ਨੇਤਾ ਨੇ। ਅੱਛੀ ਗੱਲ ਹੈ ਇੱਕ ਮਹਿਲਾ ਨੂੰ ਬਣਾਇਆ ਗਿਆ, ਬਟ ਉਹ ਇੱਕ ਅੱਛੇ ਕਾਬਲ ਨੇਤਾ ਨੇ। ਕਿਹੜੀਆਂ ਕਿਹੜੀਆਂ ਹੋਰ ਮੇਨ ਕੁਆਲਿਟੀਜ਼ ਤੁਸੀਂ ਦੇਖਦੇ ਹੋ, ਲੱਗਦਾ ਕਿ ਉਹ ਹਟ ਕੇ ਆ ਹੋਰਾਂ ਨਾਲ? ਟਿਪੀਕਲ ਪੋਲੀਟੀਸ਼ੀਅਨ ਨਹੀਂ ਹੈਗੇ। ਸੱਤਾਧਾਰੀ ਜਿਹੜੀ ਪਾਰਟੀ ਹੈ ਦੇਸ਼ ਦੀ, ਭਾਜਪਾ, ਉਹ ਸਾਡੇ 'ਤੇ ਏਜੰਸੀਆਂ ਪਿੱਛੇ ਪਾਈਆਂ ਹੋਈਆਂ, ਲਗਾਤਾਰ ਆਰੋਪ ਲਾ ਰਹੀ ਹੈ ਕਿ ਜਿਹੜੀਆਂ ਚੋਣਾਂ ਨੇ ਉਹ ਫਰਵਰੀ ਦੀ ਬਜਾਏ ਅਕਤੂਬਰ ਨਵੰਬਰ ਦੇ ਵਿੱਚ ਕਰਵਾ ਲੈਣੀਆਂ ਚਾਹੀਦੀਆਂ। ਬਾਬੂ ਸ਼ਾਹੀ, ਦੇਖ ਰਹੇ ਤੁਸੀਂ ਦਿੱਲੀ ਦੇ ਵਿੱਚ ਵੱਡਾ ਫੇਰਬਦਲ ਹੋਇਆ, ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਬਣੇ ਨੇ, ਅਤੇ ਪੰਜਾਬ ਸਰਕਾਰ 'ਤੇ ਕਿਵੇਂ ਦਾ ਪ੍ਰਭਾਵ ਪਿਆ, ਕਿਵੇਂ ਦੀ ਹਲਚਲ ਹੈ, ਉਸ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦੇ ਮੰਤਰੀ ਅਨਮੋਲ ਗਗਨ ਮਾਨ ਸਾਡੇ ਨਾਲ ਮੌਜੂਦ ਨੇ। ਮੈਮ, ਕਿਵੇਂ ਦੇਖਦੇ ਹੋ ਵੂਮੈਨ CM ਦਿੱਲੀ ਦੇ ਹੁਣ ਨਵੇਂ? ਦੇਖੋ, ਆਤਿਸ਼ੀ ਇੱਕ ਅੱਛੇ ਨੇਤਾ ਨੇ, ਬਹਾਦਰ ਨੇਤਾ ਨੇ, ਜਿਨ੍ਹਾਂ ਸਰਕਾਰ 'ਚ ਐਡਵਾਈਜ਼ਰ ਤੋਂ ਲੈ ਕੇ MLA ਤੋਂ ਲੈ ਕੇ ਮਿਨਿਸਟਰ ਤੱਕ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ ਹੈ। ਸੋ ਇੱਕ ਕਾਬਲ ਇਨਸਾਨ ਨੂੰ, ਕਾਬਲ ਨੇਤਾ ਨੂੰ, ਆਈ ਥਿੰਕ ਜੈਂਡਰ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰੀਏ ਕੋਈ ਵੂਮੈਨ ਕਾਰਡ ਤੋਂ ਜਾਂ ਮਹਿਲਾ, ਅੱਛੀ ਗੱਲ ਹੈ ਇੱਕ ਮਹਿਲਾ ਨੂੰ ਬਣਾਇਆ ਗਿਆ, ਬਟ ਉਹ ਇੱਕ ਅੱਛੇ ਕਾਬਲ ਨੇਤਾ ਨੇ। ਇਸ ਲਈ ਪੂਰੇ ਵਿਧਾਇਕ ਦਲ ਨੇ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲਿਆ ਹੈ, ਅਸੀਂ ਸਵਾਗਤ ਕਰਦੇ ਉਹਨਾਂ ਦੇ ਫੈਸਲੇ ਦਾ। ਅੱਛਾ, ਹੋਰ ਤੁਸੀਂ ਜਿੰਨਾ ਕਿ ਵੀ ਉਹਨਾਂ ਨੂੰ ਜਾਣਦੇ ਹੋ, ਕਿਹੜੀਆਂ ਕਿਹੜੀਆਂ ਹੋਰ ਮੇਨ ਕੁਆਲਿਟੀਜ਼ ਤੁਸੀਂ ਦੇਖਦੇ ਹੋ, ਲੱਗਦਾ ਕਿ ਉਹ ਹਟ ਕੇ ਆ ਹੋਰਾਂ ਨਾਲੋਂ? ਦੇਖੋ, ਮੈਂ ਨਿੱਜੀ ਤੌਰ ਉੱਤੇ ਇੱਕ ਬਹੁਤ ਵਧੀਆ ਇਨਸਾਨ ਨੇ, ਨਿੱਜੀ ਤੌਰ ਉੱਤੇ ਮੈਂ ਦੱਸਾਂ, ਵਧੀਆ ਇਨਸਾਨ ਨੇ। ਟਿਪੀਕਲ ਪੋਲੀਟੀਸ਼ੀਅਨ ਨਹੀਂ ਹੈਗੇ, ਇੱਕ ਆਮ ਇਨਸਾਨਾਂ ਦੀ ਤਰ੍ਹਾਂ ਸਾਰਿਆਂ ਨਾਲ ਵਿਚਰਨਾ, ਪੈਸ਼ਨੇਟ ਕੰਮ ਕਰਨ ਦਾ ਪੈਸ਼ਨ ਹੈ। ਅਤੇ ਡੈਫੀਨੇਟਲੀ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਹਾਲਾਤਾਂ ਵਿੱਚ ਇਹ ਫੈਸਲਾ ਲੈਣਾ ਪਿਆ ਹੈ, ਅਤੇ ਉਹ ਹਾਲਾਤ ਤੁਸੀਂ ਜਾਣਦੇ ਹੋ ਕਿ ਜਿਸ ਤਰੀਕੇ ਭਾਜਪਾ ਨੇ ਲਗਾਤਾਰ ਆਰੋਪ ਲਾਏ ਨੇ, ਜੇਲ੍ਹ 'ਚ ਵੀ ਅਸਤੀਫੇ ਦੀ ਮੰਗ ਕੀਤੀ ਉਹਨਾਂ ਨੇ ਨਹੀਂ ਦਿੱਤੀ, ਨਵਾਂ ਰਿਵਾਜ਼ ਨਹੀਂ ਤੋਰਿਆ, ਨਹੀਂ ਤਾਂ ਜਿਹੜੇ ਵੀ ਸੂਬੇ 'ਚ ਨੌਨ ਭਾਜਪਾਈ ਨੌਨ BJP ਦਾ ਮੁੱਖ ਮੰਤਰੀ ਹੈ, ਇਹਨਾਂ ਨੇ ਕੋਸ਼ਿਸ਼ ਕਰਨੀ ਵੀ ਇੱਕ ਫਰਜ਼ੀ ਜਿਹਾ ਕੇਸ ਬਣਾਓ, ਅੰਦਰੋਂ ਮਜਬੂਰ ਕਰੋ, ਸਾਰੇ ਕਿਤੇ ਭਾਜਪਾ ਹੀ ਭਾਜਪਾ ਉਹਨਾਂ ਨੂੰ ਕਮਲ ਦਾ ਫੁੱਲ ਹੀ ਦਿਖਣਾ ਚਾਹੀਦਾ। ਸੋ ਅੰਦਰ ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ, ਚਾਹੇ ਸਾਲਾਂ ਵਧੀ, ਸਤਿੰਦਰ ਜੈਨ ਜੀ, ਮਨੀਸ਼ ਸਿਸੋਦੀਆ ਜੀ, ਸੰਜੇ ਸਿੰਘ ਜੀ, ਪੂਰੀ ਦੀ ਪੂਰੀ ਜਿਹੜੀ ਕਰੀਮ ਸੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸੀ, ਉਹਨਾਂ ਨੇ ਜੇਲ੍ਹਾਂ 'ਚ ਰੱਖੀ, ਅੱਜ ਬਾਹਰ ਆ ਕੇ ਉਹਨਾਂ ਨੇ ਭਾਜਪਾ ਨੂੰ ਦੱਸਣ ਲਈ ਅਤੇ ਲੋਕਾਂ ਤੋਂ ਇੱਕ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ 'ਚ ਫੈਸਲਾ ਲੈਣ ਲਈ ਇੱਕ ਅਗਨੀ ਪ੍ਰੀਖਿਆ ਦੇਣ ਦੀ ਗੱਲ ਕੀਤੀ ਹੈ ਕਿ ਹੁਣ ਮੈਨੂੰ ਲੋਕ ਇਹ ਚੀਜ਼ ਦੱਸ ਦੇਣ ਕਿ ਦੁਬਾਰਾ ਵੋਟਾਂ ਦੇ ਵਿੱਚ ਜੇ ਮੈਨੂੰ ਉਹ ਵੋਟਾਂ ਪਾ ਕੇ ਬਹੁਮਤ ਦੇ ਨਾਲ ਜਿਤਾਉਂਦੇ ਨੇ ਤਾਂ ਇਹ ਪਤਾ ਲੱਗ ਜਾਣਾ ਕਿ ਮੈਂ ਦਿੱਲੀ ਨੂੰ ਸੁਖੀ ਰੱਖਿਆ ਕਿ ਦੁਖੀ ਰੱਖਿਆ, ਮੈਂ ਹੈਲਥ ਸਿਸਟਮ ਨੂੰ ਬਦਲਿਆ, ਮੈਂ ਐਜੂਕੇਸ਼ਨ ਸਿਸਟਮ ਨੂੰ ਬਦਲਿਆ, ਮੈਂ ਬਿਜਲੀ ਲਗਾਤਾਰ ਫ੍ਰੀ ਦਿੱਤੀ ਆ, ਫਿਰ ਵੀ ਮੈਂ ਜਿਹੜਾ ਦਿੱਲੀ ਦਾ ਬਜਟ ਹੈ ਉਹ 30,000 ਕਰੋੜ ਤੋਂ 75,000 ਕਰੋੜ ਅਰਵਿੰਦ ਕੇਜਰੀਵਾਲ ਜੀ ਉਸ ਚੀਜ਼ ਨੂੰ ਲੈ ਕੇ ਗਏ ਨੇ। ਸੋ ਇਹ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੂੰ ਇੱਕ ਮਜਬੂਰ ਹੋਣਾ ਪਿਆ ਕਹਿ ਲਓ ਕਿ ਲੋਕ ਇਸ ਚੀਜ਼ ਦਾ ਫੈਸਲਾ ਲੈਣ, ਲਗਾਤਾਰ ਸੱਤਾਧਾਰੀ ਜਿਹੜੀ ਪਾਰਟੀ ਹੈ ਦੇਸ਼ ਦੀ, ਭਾਜਪਾ, ਉਹ ਸਾਡੇ 'ਤੇ ਏਜੰਸੀਆਂ ਪਿੱਛੇ ਪਾਈਆਂ ਹੋਈਆਂ, ਲਗਾਤਾਰ ਆਰੋਪ ਲਾ ਰਹੀ ਹੈ, ਅਤੇ ਜੇ ਇਸ ਤਰੀਕੇ ਇਹਨਾਂ ਦਾ ਕੰਮ ਚੱਲਦਾ ਰਿਹਾ ਤਾਂ ਓਪੋਜੀਸ਼ਨ ਨੂੰ ਖਤਮ ਕਰ ਦੇਣਗੀਆਂ। ਓਪੋਜੀਸ਼ਨ ਡੈਮੋਕ੍ਰੇਸੀ ਦੀ ਬਿਊਟੀ ਹੈ, ਓਪੋਜੀਸ਼ਨ ਨੂੰ ਬੋਲਣ ਦਾ ਹੱਕ ਹੋਣਾ ਚਾਹੀਦਾ। ਤੁਸੀਂ ਕਿਵੇਂ ਵੇਖਦੇ ਹੋ ਵੀ ਚੋਣਾਂ ਛੇਤੀ ਹੋ ਜਾਣੀਆਂ ਚਾਹੀਦੀਆਂ ਦਿੱਲੀ 'ਚ, ਜਾਂ ਫਿਰ ਇੱਕ ਨਵਾਂ ਮੌਕਾ ਮਿਲਿਆ ਆਤਿਸ਼ੀ ਨੂੰ, ਨਵੀਂ ਰਿਸਪੋਂਸੀਬਿਲਟੀ ਮਿਲੀ, ਉਹਨਾਂ ਨੂੰ ਥੋੜ੍ਹਾ ਸਮਾਂ ਮਿਲਣਾ ਚਾਹੀਦਾ ਆਪਣਾ ਕੰਮ ਕਰਨ ਲਈ? ਦੇਖੋ, ਬਹੁਤ ਅੱਛੀ ਗੱਲ ਹੈ ਜਿੰਨਾ ਵੀ ਸਮਾਂ ਉਹਨਾਂ ਨੂੰ ਮਿਲੇ ਉਹ ਅੱਛਾ ਕੰਮ ਕਰਨ। ਅਰਵਿੰਦ ਕੇਜਰੀਵਾਲ ਜੀ ਨੇ
ਇਹ ਗੱਲ ਕਲੀਅਰਲੀ ਕਹੀ ਹੈ ਕਿ ਜਿਹੜੀਆਂ ਚੋਣਾਂ ਨੇ ਉਹ ਫਰਵਰੀ ਦੀ ਬਜਾਏ ਅਕਤੂਬਰ ਨਵੰਬਰ ਦੇ ਵਿੱਚ ਕਰਵਾ ਲੈਣੀਆਂ ਚਾਹੀਦੀਆਂ, ਤਾਂ ਕਿ ਇਹ ਪਤਾ ਲੱਗ ਜਾਵੇ ਕਿ ਦਿੱਲੀ ਦੇ ਲੋਕਾਂ ਦਾ ਕਿਸ ਮੂਡ ਦੇ ਵਿੱਚ ਨੇ। ਦਿੱਲੀ ਦੇ ਲੋਕ ਸਾਡੀ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਕਾਬਲ, ਬਹੁਤ ਸਾਰੇ ਕਾਬਲ ਲੀਡਰ ਨੇ, ਪਰ ਦਿੱਲੀ ਦੇ ਲੋਕ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਬਹੁਤ ਪਿਆਰ ਕਰਦੇ ਨੇ, ਅਤੇ ਸੋ ਇਸ ਲਈ ਉਹਨਾਂ ਨੇ ਇਹ ਗੱਲ, ਆਤਿਸ਼ੀ ਜੀ ਦਾ ਖੁਦ ਅੱਜ ਬਿਆਨ ਹੈ ਕਿ ਬੇਸ਼ੱਕ ਮੈਂ ਅਹੁਦਾ ਸੰਭਾਲਣਾ, ਬਟ ਮੈਨੂੰ ਦੁੱਖ ਹੈ, ਅਸੀਂ ਸਾਰੇ ਚਾਹੁੰਦੇ ਹਾਂ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਅਰਵਿੰਦ ਕੇਜਰੀਵਾਲ ਜੀ ਰਹਿਣ। ਸੋ ਜਲਦੀ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਨੇ, ਨਹੀਂ ਤਾਂ ਪਾਰਟੀਆਂ ਚਾਹੁੰਦੀਆਂ ਹੁੰਦੀਆਂ ਥੋੜ੍ਹੀ ਲੇਟ ਹੋ ਜੇ, ਤਾਂ ਕਿ ਪਤਾ ਲੱਗ ਸਕੇ ਕਿ ਦਿੱਲੀ ਦੇ ਲੋਕਾਂ ਦਾ ਕੀ ਮੂਡ ਹੈ। ਆਖਰੀ ਸਵਾਲ, ਜਿਵੇਂ ਤੁਸੀਂ ਪਹਿਲੀ ਵਾਰ MLA ਬਣੇ ਅਤੇ ਮੰਤਰੀ ਵੀ ਬਣ ਗਏ, ਅਤਿਸ਼ੀ ਫਸਟ ਟਾਈਮ MLA ਬਣੇ ਸੀ, ਉਹ ਚੀਫ ਮਿਨਿਸਟਰ ਬਣ ਗਏ, ਇਸ ਤਰ੍ਹਾਂ ਦੇ ਡਿਸੀਜਨਸ ਨੂੰ ਕਿਵੇਂ ਦੇਖਦੇ ਹੋ ਪਾਰਟੀ ਦੇ? ਦੇਖੋ, ਇਹ ਵਿਧਾਇਕ ਦਲ ਦਾ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਫੈਸਲਾ, ਇਹ ਸਾਰੇ ਫੈਸਲੇ ਪਾਰਟੀ ਲੈਂਦੀ ਹੈ। ਆਈ ਥਿੰਕ ਕਿ ਆਤਿਸ਼ੀ ਜੀ ਨੂੰ ਸਿਰਫ ਇੱਕ ਮਹਿਲਾ ਦੇ ਤੌਰ 'ਤੇ ਨਹੀਂ, ਇੱਕ ਅੱਛੇ ਲੀਡਰ ਦੇ ਤੌਰ 'ਤੇ ਵੀ ਚੁਣਿਆ ਗਿਆ, ਜੈਂਡਰ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਜਿਹੜਾ ਇਹ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ, ਅਤੇ ਹੋਣਾ ਵੀ ਕਾਬਲੀਅਤ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਜੀ। ਥੈਂਕ ਯੂ। ਸੋ ਗੱਲਬਾਤ ਕਰ ਰਹੇ ਸੀ ਅਨਮੋਲ ਗਗਨਮਾਨ ਨਾਲ, ਜਿਹੜੀ ਡਿਵੈਲਪਮੈਂਟ ਹੋਈ ਹੈ ਦਿੱਲੀ ਦੇ ਵਿੱਚ, ਉਸ ਬਾਰੇ ਇਹਨਾਂ ਨੇ ਆਪਣੀ ਰਾਏ ਸਾਂਝੀ ਕੀਤੀ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।